ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਕੀਤੇ ਟੈਸਟਾਂ ਦੌਰਾਨ 47 ਕੇਸ HIV ਪੋਜ਼ਿਟਿਵ ਪਾਏ ਗਏ, ਜਿਨ੍ਹਾਂ ਵਿੱਚ 17 ਔਰਤਾਂ ਵਿੱਚੋਂ 3 ਗਰਭਵਤੀ ਔਰਤਾਂ ਵੀ HIV ਪੋਜ਼ਿਟਿਵ ਹਨ। ਸਿਹਤ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਏਡਸ ਵਰਗੀ ਨਾਮੁਰਾਦ ਬਿਮਾਰੀ, ਨਸ਼ੇੜੀਆਂ ਵੱਲੋਂ ਵਰਤੀਆਂ ਜਾ ਰਹੀਆਂ ਸਰਿੰਜਾਂ ਇੱਕ ਵੱਡਾ ਕਾਰਨ ਹੈ। ਬਰਨਾਲਾ ਦੇ ਸਿਵਲ ਹਸਪਤਾਲ ਵਿੱਚ HIV ਦੇ ਕੀਤੇ ਟੈਸਟਾਂ ਵਿੱਚੋਂ 47 ਵਿਅਕਤੀ HIV ਪੋਜ਼ਿਟਿਵ ਪਾਏ ਗਏ, ਜਿਨ੍ਹਾਂ ਵਿੱਚ 17 ਔਰਤਾਂ ਵਿੱਚੋਂ 3 ਔਰਤਾਂ ਗਰਭਵਤੀ ਵੀ ਸ਼ਾਮਲ ਹਨ। ਸਿਵਲ ਸਰਜਨ ਜੁਗਲ ਕਿਸ਼ੋਰ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਦੇ ਟੈਸਟਾਂ ਵਿੱਚ ਇਹ ਭਿਆਨਕ ਤੱਥ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਨਸ਼ੇੜੀਆਂ ਵੱਲੋਂ ਨਸ਼ੇ ਦੇ ਟੀਕੇ ਲਗਾਉਣ ਸਮੇਂ ਵਰਤੀਆਂ ਜਾਂਦੀਆਂ ਸੂਈਆਂ ਕਾਰਨ ਏਡਸ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਸਿਵਲ ਹਸਪਤਾਲ ਦੇ ਸਰਜਨ ਦਾ ਕਹਿਣਾ ਸੀ ਕਿ TB ਮਰੀਜ਼ਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦਾ HIV ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਭਿਆਨਕ ਬਿਮਾਰੀ ਫੈਲਣ ਤੋਂ ਰੋਕਿਆ ਜਾ ਸਕੇ। ਇਹ ਸਰ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਪਾਰਟੀਕੁਲਰ ਜਿਹੜੀ ਹਾਈ ਰਿਸਕ ਕਮਿਊਨਿਟੀ ਹੁੰਦੀ ਹੈ ਉਹਦੇ ਉੱਤੇ ਥਰਡ ਪਾਰਟੀ NGO ਥਰੂ ਪ੍ਰੋਜੈਕਟ ਰਨਿੰਗ ਕਰ ਰਹੇ ਨੇ ਜਿਹੜੇ ਪਾਰਟੀਕੁਲਰ ਹਾਈ ਰਿਸਕ ਕਮਿਊਨਿਟੀ ਦੇ ਉੱਤੇ ਕੰਮ ਕਰਦੇ ਨੇ ਅਤੇ ਸਾਨੂੰ ਵੀ ਜਾਖਜੂਆ ਮੰਡਲ NGO ਆ, ਹਿਮਾਚਲ ਦੀ NGO ਆ ਅਤੇ ਇੱਥੇ FSW ਅਤੇ MSM 'ਤੇ ਕੰਮ ਕਰ ਰਹੀ ਹੈ। ਅਸੀਂ ਉਸ ਪਾਰਟੀਕੁਲਰ ਜਿਹੜੀ ਸਾਡੇ ਕਮਿਊਨਿਟੀ ਆ ਉਹਤੇ ਕੰਮ ਕਰ ਰਹੇ ਹਾਂ। FS ਹੈਗੇ ਨੇ ਸਾਡੇ ਕੋਲ 522 ਅਤੇ MSM ਹੈਗੇ ਨੇ 162 ਜਿਨ੍ਹਾਂ 'ਤੇ ਅਸੀਂ ਕੰਮ ਕਰ ਰਹੇ ਹਾਂ। ਪਿਛਲੇ ਸਾਲਾਂ ਦੇ ਵਿੱਚ ਤਕਰੀਬਨ ਸਾਲ ਦੇ ਵਿੱਚ 60 ਤੋਂ 70 ਮਰੀਜ਼ ਜਿਹੜੇ ਹੈਗੇ ਆ ਉਹ HIV ਪੋਜ਼ਿਟਿਵ ਦੇ ਆਉਂਦੇ ਸੀਗੇ ਅਤੇ ਇਸ ਵਾਰੀ ਆਪਾਂ April ਤੋਂ ਲੈ ਕੇ ਹੁਣ ਤੱਕ July ਦੇ ਕੇਸਿਸ ਦੇ ਵਿੱਚ ਸਾਡੇ ਕੋਲ 47 ਕੇਸਿਸ ਜਿਹੜੇ ਹੈਗੇ ਆ HIV ਪੋਜ਼ਿਟਿਵ ਦੇ ਪਾਏ ਗਏ ਹੈਗੇ ਆ, ਜਿਨ੍ਹਾਂ ਦੇ ਵਿੱਚ 30 ਮਰੀਜ਼ ਜਿਹੜੇ ਹੈਗੇ ਆ ਮੇਲ ਆ ਅਤੇ 17 ਫੀਮੇਲ ਆ। ਫੀਮੇਲ ਦੇ ਵਿੱਚੋਂ 3 ਜਿਹੜੀਆਂ ਨੇ ਪ੍ਰੈਗਨੈਂਟ ਲੇਡੀਜ਼ ਹੈਗੀਆਂ ਨੇ। ਨਸ਼ੇ ਦੇ 3 ਮਰੀਜ਼ ਜਿਹੜੇ ਹੈਗੇ ਆ ਪੋਜ਼ਿਟਿਵ ਪਾਏ ਗਏ ਆ, ਜਿਨ੍ਹਾਂ ਵਿੱਚੋਂ 1 ਜੇਲ੍ਹ ਦਾ ਸੀਗਾ ਅਤੇ 2 ਵੈਸੇ ਸੀਗੇ ਜਿਹੜੇ ਡੀ ਐਡਿਕਸ਼ਨ ਸੈਂਟਰ 'ਚ ਸਾਡੇ ਕੋਲ ਆਉਂਦੇ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ।